ਦੇਖ ਲਓ ਐਡਾ ਐਡਾ ਮੂੰਹ ਹੈ ਇਹਦਾ ਲਾਲੋ ਸਾਹਿਬ ਐਡਾ ਪਤੰਗ ਹੈ ਉਹ ਨਿੱਕੇ ਮੂੰਹ ਵਾਲਿਆ ਦੇਖਿਓ ਹੁਣ ਕੀ ਕਰਦਾ ਓਏ ਓਏ ਲੋ ਦੇਖਿਓ ਭੈ ਸ਼ਕਤੀਮਾਨ ਤੇ ਸ਼ਕਤੀਮਾਨ ਹੀ ਹੈ ਇੱਥੋਂ ਟੱਪ ਗਿਆ ਦੇਖੋ ਇੱਕ ਡੋਰ ਇਧਰੋਂ ਦੀ ਜਾ ਰਹੀ ਹੈ ਇੱਕ ਡੋਰ ਇਧਰੋਂ ਦੀ ਜਾ ਰਹੀ ਹੈ ਓ ਦੇ ਚੱਲ ਜਦੋਂ ਮੈਂ ਮਰ ਕੇ ਤਾਂ ਮੈਂ ਛੁੱਟੀ ਹੋਣੀ ਹੈ ਨਾ ਮਤਲਬ ਮੈਂ ਛੁੱਟੀ ਕਰ ਲਈ ਅੱਜ ਸਵੇਰੇ ਸਵੇਰੇ ਉੱਪਰ ਚੜ ਜਾਣਾ ਪਤੰਗ ਲੈ ਕੇ ਤਾਂ ਗਾਇਸ ਹੁਣ ਆਪਾਂ ਆ ਚੁੱਕੇ ਹਾਂ ਸ਼ੌਪ ਤੇ ਪਤੰਗਾਂ ਵਗੈਰਾ ਲੈਣ ਤੇ ਤੁਸੀਂ ਦੇਖ ਸਕਦੇ ਹੋ ਸ਼ੌਪ ਤੇ ਬੜਾ ਕੁਝ ਹੈ ਇੱਥੇ ਬਾਕੀ ਬੁੱਟਰ ਨੂੰ ਵੀ ਆਪਾਂ ਪਿਕ ਕਰ ਲਿਆ ਹੋਇਆ ਸੀ ਅੱਜ ਬੁੱਟਰ ਆਇਆ ਅੱਜ ਮੇਰੇ ਕੋਲੇ ਬਹੁਤ ਦਿਨਾਂ ਬਾਅਦ ਬੁੱਟਰ ਮੇਰੇ ਕੋਲੇ ਆਪ ਆਇਆ ਮੈਂ ਥੋੜਾ ਬਿਜ਼ੀ ਚੱਲ ਰਿਹਾ ਸੀਗਾ ਤੇ ਹਾਂ ਤੇ ਇੱਧਰ ਮਤਲਬ ਗੱਡੀ ਵੀ ਨਹੀਂ ਆ ਸਕਦੀ ਤੁਸੀਂ ਦੇਖ ਸਕਦੇ ਹੋ ਨਾ ਗਲੀ ਬਹੁਤ ਭੀੜੀ ਆ ਤਾਂ ਕਰਕੇ ਆਪਾਂ ਆਏ ਆ ਸਕੂਟੀ ਦੇ ਸਾਹਮਣੇ ਖੜੀ ਆ ਤੇ ਇੱਕ ਵਾਰੀ ਆਪਾਂ ਗੱਡੀ ਲੈ ਗਏ ਸੀ ਸਾਹਮਣੇ ਇੱਟਾਂ ਪਈਆਂ ਸੀਗੀਆਂ ਤੇ ਬੰਪਰ ਜਮਾ ਮੁੜ ਗਿਆ ਸੀ ਗੱਡੀ ਦਾ ਇੱਟਾਂ ਕਰਕੇ ਤਾਂ ਕਰਕੇ ਮੈਂ ਲੈ ਕੇ ਹੀ ਨਹੀਂ ਆਇਆ ਗੱਡੀ ਮੈਂ ਕਿਹਾ ਛੱਡ ਪਰਾਂ ਪੰਗੇ ਤੇ ਲੈਣੇ ਹੀ ਨਹੀਂ ਗਏ ਆਪਾਂ ਕਿਉਂਕਿ ਪਤੰਗ ਲੈਣੇ ਆਪਾਂ ਚਾਕੇ 'ਚ ਲੈ ਕੇ ਜਾਊਂਗੇ ਫੜ ਕੇ ਜਵਾਕਾਂ ਜਾਂ ਤਰ੍ਹਾਂ ਪਰ ਗਾਈਸ ਆਪਣੇ ਇੱਥੇ ਆ ਵੀ ਮਤਲਬ ਜਵਾਕ ਚੜਾਉਂਦੇ ਆ ਪਤੰਗ ਯੇ ਵੋ ਅੰਮ੍ਰਿਤਸਰ ਵਾਲੀ ਸਾਈਡ ਹੋਰ ਸਾਈਡ ਮਤਲਬ ਸਿਆਣੇ ਬੈਣੇ ਸਾਰੇ ਮਤਲਬ ਲੁਧਿਆਣੇ ਵੀ ਲੁਧਿਆਣੇ ਵੀ ਮਤਲਬ ਸਾਰਿਆਂ ਨੂੰ ਹੀ ਕਰੇਜ ਆ ਛੋਟਾ ਹੋਵੇ ਚਾਹੇ ਵੱਡਾ ਹੋਵੇ ਮਤਲਬ ਪਤੰਗਾਂ ਦੀ ਕੋਈ ਉਮਰ ਨਹੀਂ ਹੁੰਦੀ ਮੇਰੇ ਖਿਆਲ ਨਾਲ ਹਨਾ ਪਤੰਗਾਂ ਦੀ ਉਮਰ ਨਹੀਂ ਹੁੰਦੀ ਮਤਲਬ ਪਤੰਗ ਚੜਾਉਣ ਲਈ ਕੋਈ ਉਮਰ ਪਤੰਗ ਚੜਾਉਣ ਦੀ ਉਮਰ ਹੁੰਦੀ ਦਿਲ ਹੋਣਾ ਚਾਹੀਦਾ ਜਵਾਨ ਕੇ ਉਮਰਾਂ ਚ ਕੀ ਰੱਖੀ ਆਏ ਤਾੜੀਆਂ ਤੇ ਆਪਾਂ ਹੁਣ ਲੈ ਲਏ ਹੋਏ ਪਤੰਗ ਬਸ ਹਰੇਕ ਉਮਰ ਚ ਪੂਰਾ ਕਰਨਾ ਚਾਹੀਦਾ ਬੰਦੇ ਸਹੀ ਗੱਲ ਹੁਣ ਆਪਾਂ ਆ ਚੁੱਕੇ ਘਰੇ ਤੇ ਹੁਣ ਆਪਾਂ ਚੜਾਉਣੇ ਆ ਪਤੰਗ ਤੁਸੀਂ ਦੇਖ ਸਕਦੇ ਹੋ ਸਾਰੀ ਮੰਡੀਰ ਐ ਓਏ ਮੰਡੀਰ ਕੀ ਹੁੰਦੀ ਆ ਮੰਡੀਰ ਮਤਲਬ ਵੀਰੇ ਹਾਂ ਹਾਂ ਦੱਸ ਕਿਵੇਂ ਦੀ ਗਾਣਾ ਉਹ ਅਸੀਂ ਚੱਕ ਕੇ ਨਾ ਜੱਟੀਏ ਮੰਡੀਰ ਫਿਰਦੇ ਨਹੀਂ ਜੋੜੇ ਜਿੰਦੇ ਵੀ ਆ ਨਾਲ ਸਭ ਵੀਰ ਫਿਰਦੇ ਪਤੰਗ ਆਪਾਂ ਲੈ ਆਏ ਹਾਂ ਬਹੁਤ ਥੋੜੇ ਜਿਹੇ ਪਤੰਗ ਆ ਤੇ ਗਾਈਸ ਮੈਂ ਇਹੀ ਕਹਿਣਾ ਚਾਹੂੰਗਾ ਕਿ ਬਾਹਲੇ ਪਤੰਗ ਨਾ ਲੈ ਕੇ ਆਓ ਮਨੀ ਸੇਵ ਕਰੋ ਘਰਦਿਆਂ ਨੂੰ ਤੰਗ ਨਾ ਕਰੋ ਥੋੜੇ ਥੋੜੇ ਪਤੰਗ ਲੈ ਕੇ ਆਓ ਚੜਾਈ ਜਾਓ ਬਸ ਪਰ ਸਾਡੇ ਕੋਈ ਚੜਦਾ ਨਹੀਂ ਤਾਂ ਕਰਕੇ ਥੋੜੇ ਪਤੰਗ ਲੈ ਕੇ ਆਏ ਆ ਜੇ ਮਤਲਬ ਇੱਥੇ ਸੇਫ ਚੜਾਓ ਤੇ ਡੋਰਾਂ ਵਗੈਰਾ ਵੀ ਥੋੜੀ ਆ ਉਦਾਂ ਦੀ ਵਰਤੋ ਹਨ ਤੇ ਡੋਰ ਮਤਲਬ ਕੋਈ ਪਲਾਸਟਿਕ ਦੀ ਨਾ ਵਰਤੋ ਉਹ ਵੀ ਮਤਲਬ ਅਸੀਂ ਵੱਧ ਲੈ ਕੇ ਆਉਂਦੇ ਤਾਂ ਚੰਗੇ ਲੱਗਦੇ ਸੀ ਜੇ ਇੱਥੇ ਉੜਦੇ ਹੁੰਦੇ ਉੜਦਾ ਦੇ ਉੱਤੇ ਕੋਈ ਪਤੰਗ ਹੈ ਨਹੀਂ ਇੱਥੇ ਚਿੜੀਆਂ ਮਤਲਬ ਦੇਦੀਆਂ ਹਾਂ ਚਿੜੀਆਂ ਵੀ ਦੇਖ ਲਓ ਤਿੰਨ ਚਾਰ ਆ ਦੇ ਹਨ ਕਹਿੰਦੇ ਪਤੰਗਾਂ ਦੇ ਸਪੈਸ਼ਲਿਸਟ ਬੁਲਾਏ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਕਹਿੰਦੇ ਅਸਤਾਨ ਲਾਲ ਪੱਗਾਂ ਨਹੀਂ ਨਹੀਂ ਜਿਨ੍ਹਾਂ ਨੇ ਲਾਲ ਪਰਨੇ ਤੇ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ ਵਾਹ 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 ਦੇਖ ਲਓ ਐਡਾ ਐਡਾ ਮੂੰਹ ਹੈ ਇਹਦਾ ਲਾਲੋ ਸਾਹਿਬ ਐਡਾ ਪਤੰਗ ਹੈ ਉਹ ਨਿੱਕੇ ਮੂੰਹ ਵਾਲਿਆ ਦੇਖ ਲਓ ਹਣਾ ਆਹ ਦੇਖ ਲਓ ਐਡਾ ਦੇਖ ਲਓ ਲੈ ਪੂਛ ਹੀ ਵੱਡੀ ਆ ਉਹਦੀ ਪਤਾ ਨਹੀਂ ਵਾਈਡ ਕਰਕੇ ਲੱਗ ਰਿਹਾ ਹਨਾ ਪਰ ਨਹੀਂ ਨਹੀਂ ਸੱਚੀ ਵੱਡੀ ਆ ਗਾਈਸ ਵਾਈਡ ਕਰਕੇ ਨਹੀਂ ਲੱਗਦਾ ਉਹ ਇਹਦੀ ਤਨਾ ਪਾ ਦੇ ਆਪਾਂ ਪਿੱਛੇ ਲਓ ਨਾ ਟੀਮ ਵੰਡ ਲਓ ਏ ਟੀਮ ਵੰਡ ਲਓ ਟੀਮ ਵੰਡ ਲਓ ਗਾਈਸ ਗਾਈਸ ਤੁਸੀਂ ਵੀ ਦੱਸੋ ਤੁਸੀਂ ਕਿਹੜੀ ਟੀਮ ਵੰਡ ਲਓ ਉਹ ਦੇਖੋ ਸਾਰੇ ਮੇਰੇ ਆਲੀ ਹੋ ਗਏ ਪਰ ਉਹ ਪਲੇਅਰ ਦੇਖਿਆ ਨਹੀਂ ਪਿੱਛੇ 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 ਦੱਸ ਸਕਦਾ ਤੁਹਾਰੇ ਕੋਈ ਚੱਕਰ ਨਹੀਂ ਫਿਰ ਗਾਈਸ ਮੈਂ ਹੈਗਾ ਟੈਨਸ਼ਨ ਨਾ ਲਓ ਤੁਹਾਡੇ ਨਾਲ ਦੱਸੋ ਹੁਣ ਬਈ ਟੀਮ ਕਿਵੇਂ ਵੰਡਣੀ ਹੈ ਟੀਮ ਚ ਤੂੰ ਕਾਸ਼ ਬੁੱਟਰ ਤੁਹਾਨੂੰ ਇਹ ਕੰਮ ਅੱਛਾ ਰਹਿ ਗੜਾ ਗਿਆ ਤੂੰ ਰੱਬ ਦੇ ਖਿਲਾਫ ਹੋਏਗਾ ਹੁਣ ਓਏ ਆ ਕੀ ਕਹਿਤਾ ਮੇਰੇ ਨਾਲ ਕੱਲਾ ਰੱਬ ਹੋਵੇ ਨਾ ਮੈਂ ਤੁਹਾਨੂੰ ਨਾ ਕਿਸੇ ਨੂੰ ਵੀ ਲੱਗਣਾ ਲੱਗਣ ਦਮਾ ਤਲਾਵਾਂ ਪਾਓ ਲਟਰਮ ਪਟਰਮ ਹੋਣਾ ਮਤਲਬ ਫਜ਼ੂਲ ਹੋ ਜਾਂਦਾ ਟਾਈਮ ਜਾਂ ਮਤਲਬ ਫਿਰ ਦਿਲ ਨਹੀਂ ਕਰਦਾ ਇੱਕ ਵਾਰੀ ਇੱਕ ਵਾਰੀ ਜੇ ਕਿਸੇ ਦਾ ਵੱਡਿਆ ਵੀ ਜਾਵੇ ਪਤਾ ਕਿਹਾ ਉਦੋਂ ਬਾਅਦ ਦੂਜੀ ਵਾਰੀ ਬਚਣਾ ਉਹਨੂੰ ਵੀ ਜੀ ਨਹੀਂ ਕਰਦਾ ਅੱਛਾ ਸਹੀ ਗੱਲ ਹੈ ਕਿ ਨਹੀਂ ਮੈਂ ਕਿਹਾ ਆਪਾਂ ਗੁਰਦੁਆਰੇ ਜਾ ਕੇ ਸੌਂ ਖਾ ਲਾ ਤਾਂ ਵੀ ਸਹੀ ਹੈ ਸਹੀ ਗੱਲ ਹੈ ਮੇਰੇ ਨਾਲ ਤਾਂ ਇਦਾਂ ਹੁੰਦਾ ਮਤਲਬ ਜੇ ਮੇਰਾ ਇੱਕ ਵਾਰੀ ਵੱਡਿਆ ਜਾਵੇ ਪਤਾ ਫਿਰ ਮੈਂ ਦਿਲ ਨਹੀਂ ਕਰਦਾ ਫਿਰ ਕਰਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਿਓ ਇੰਸਟਾ ਦੇ ਵਲੌਗ ਹੋਰ ਦੇਖਣ ਲਈ ਬਹੁਤ ਵਲੌਗ ਆਉਣੇ ਆ ਹਜੇ ਸਾਡੇ ਇੱਥੇ ਬਸੰਤ ਤੇ ਬਹੁਤ ਪਤੰਗ ਉੜਦੇ ਹੁੰਦੇ ਆ ਤਾਂ ਆਉਣੀ ਆ ਸਬਸਕ੍ਰਾਈਬ ਕਰ ਲਓ ਉੜਦੇ ਹੁੰਦੇ ਆ ਬਸੰਤ ਤੇ ਮੈਂ ਤਾਂ ਦੇਖੀ ਨਹੀਂ ਇਹ ਕਦੇ ਉਹ ਤੂੰ ਤਾਂ ਘਰੇ ਹੁੰਦਾ ਤੂੰ ਤਾਂ ਘਰੇ ਬੈਠਾ ਹੁੰਦਾ ਆਰਾਮ ਨਾਲ ਹੀ ਝੋਂਦੇ ਦੱਸੋ ਆਪਣੇ ਉੜਦੇ ਆ ਨਾ ਪਤੰਗ ਬਸੰਤ ਤੇ ਇੱਧਰ ਫਿਰ ਵੀ ਠੀਕ ਆ ਆਪਣਾ ਉਧਰਲਾ ਘਰ ਆ ਮੇਰਾ ਏਰੀਆ ਹੋਰ ਹੈ ਨਾ ਉਧਰ ਵਾਲੇ ਆ ਗਾਈਸ ਉਧਰ ਤੁਹਾਨੂੰ ਕਿਸੇ ਦਿਨ ਲੈ ਕੇ ਜਾਊਂਗਾ ਉਹ ਵਾਲੇ ਘਰੇ ਵੀ ਉਹ ਵੀ ਆਉਣਗੇ ਹੈ ਗਾਈਸ ਵੀ ਜਾਣਗੇ ਨਾਲ ਫਿਰ ਆਪਾਂ ਵਲੌਗ ਲੈ ਕੇ ਜਾਵਾਂਗੇ ਗਾਈਸ ਵੀ ਜਾਣਗੇ ਸਵਾਦ ਆਊ ਓਏ ਅੱਜ ਚਲਾਉਣ ਚੜਾਉਣ ਦਾ ਗਾਈਸ ਇੱਧਰ ਦੀ ਹਵਾ ਦੇਖ ਲਓ ਓਏ ਅਸੀਂ ਤਾਂ ਬੈਠ ਰਹੇ ਹਾਂ ਜੀ ਵਾ ਨਹੀਂ ਤਾਂ ਗਾਈਸ ਮੈਂ ਤੁਹਾਨੂੰ ਉੱਡ ਕੇ ਸੀਨ ਦਿਖਾਉਣੇ ਸੀ ਮੈਂ ਉੱਡ ਨਹੀਂ ਸਕਦਾ ਸੌਰੀ ਡਰੇਕ ਵਾਲਾ ਨਹੀਂ ਡਰੇਕ ਵਾਲਾ ਇਹਦਾ ਗਾਣਾ ਆ ਰਿਹਾ ਡਰੇਕ ਜਿਹੜਾ ਗਾਣਾ ਗਾਈਸ ਮੇਰਾ ਗਾਣਾ ਆ ਰਿਹਾ ਡਰੇਕ ਨਾਲ ਸੁਣਨਾ ਨਾ ਭੁੱਲਿਓ ਨਹੀਂ ਨੈਕਸਟ ਸਟੇਸ਼ਨ ਤੇ ਤੇ ਮੈਂ ਬਣਿਆ ਹੋਇਆ ਚੁੰਡੀਆਂ ਕਰਕੇ ਜਦੋਂ ਮੈਂ ਮਰ ਕੇ ਤਾਂ ਮੈਂ ਛੁੱਟੀ ਹੋਣੀ ਹੈ ਨਾ ਮਤਲਬ ਮੈਂ ਛੁੱਟੀ ਕਰ ਲਈ ਅੱਜ ਸਵੇਰੇ ਸਵੇਰੇ ਉੱਪਰ ਚੜ ਜਾਣਾ ਪਤੰਗ ਲੈ ਕੇ ਮੈਨੂੰ ਵੀ ਜਿਹੜੀ ਕਲਾਸ ਹੁੰਦੀ ਸੀਗੀ ਇਹਨੂੰ ਵੀ ਨਾਲ ਲੈ ਜਾਣਾ ਰਖੜੀ ਫੜ ਰਖੜੀ ਫੜ ਤੇ ਜਲ 10 ਰੁਪਏ ਕੁਰਕਰੇ ਲੈ ਗਿਆ ਥੱਲੋਂ ਇੰਨੀ ਉੱਚੀ ਪਹਿਲਾਂ ਚੜਨਾ ਉੱਪਰ ਮੈਂ ਛੱਡ ਕੇ ਭੱਜ ਜਾਂਦਾ ਸੀ ਦੂਜੇ ਪਾਸੇ ਉਧਰ ਵੀ ਹੁਣ ਮੈਂ ਲੈ ਕੇ ਜਾਊਂਗਾ ਓਹ ਹੋ ਹੋ ਕਿਵੇਂ ਟੁੱਟ ਗਿਆ ਇਹ ਕੋਈ ਸਾਡਾ ਪਤੰਗ ਵੱਢਣ ਵਾਲਾ ਹੈ ਨਹੀਂ ਸੀ ਸਾਡੀ ਡੋਰ ਆ
ਇਹਨੇ ਪਤਾ ਕੀ ਕੀਤਾ ਕਿੰਨੇ ਫੜਿਆ ਫੜਿਆ ਵਾ ਸ਼ਰੇਆਮ ਉਹ ਜੂਮ ਕਰਕੇ ਦਿਖਾਈਏ ਹੁਣ ਪਤਾ ਨਹੀਂ ਫਸਿਆ ਫਸਿਆ ਕਿਤੇ ਫਸਿਆ ਨਾ ਉੱਥੇ ਫਸਿਆ ਉਹਨਾਂ ਦੇ ਘਰ ਦੇ ਉੱਪਰ ਉਹਦੇ ਚੱਕਰ ਇਹ ਪਿਆ ਕਿ ਥੱਲੇ ਗੁੰਜਲ ਸੀਗੇ ਨੇ ਗੁੰਜਲ ਮਤਲਬ ਐਂ ਚੜਾ ਤੇ ਜਦੋਂ ਖਿੱਚ ਮਾਰੀ ਉਹ ਟੁੱਟ ਗਈ ਡੋਰ ਚਲੋ ਕੋਈ ਨਹੀਂ ਉਹ ਚੜਦਾ ਪਿਆ ਕਰਮਾ ਵਾਲਾ ਵਧੀਆ ਪਾ ਉਤਰਾ ਉਜਰ ਹੋਇਆ ਸਹੀ ਕਰੀ ਅੱਜ ਲੋਹੜੀ ਵਾਲਾ ਦਿਨ ਤੇ ਅੱਜ ਆਪਣੇ ਯਾਰ ਬੇਲੀਆਂ ਨੇ ਮਤਲਬ ਪਤੰਗ ਪਤੰਗ ਚੱਕ ਲਏ ਹੋਏ ਡੋਰਾ ਵੀ ਚੱਕ ਲੀਆਂ ਹੋਈਆਂ ਨੇ ਤੇ ਹੁਣ ਆਪਾਂ ਸਿੱਧਾ ਚੱਲੇ ਆ ਆਪਣੇ ਦੂਜੇ ਘਰ ਉੱਥੇ ਜਾ ਕੇ ਚੜਾਵਾਂਗੇ ਪਤੰਗ ਕਿਉਂਕਿ ਇੱਥੇ ਤਾਂ ਬਹੁਤ ਘੱਟ ਚੜ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਗਾਈਜ਼ ਹੁਣ ਆਪਾਂ ਆ ਚੁੱਕੇ ਆ ਘਰੇ ਆਪਾਂ ਦੂਜੇ ਘਰੇ ਆ ਚੁੱਕੇ ਹਾਂ ਤੇ ਪਤੰਗ ਡਾਲਿਆ ਚਾਚੇ ਨੇ ਸਾਨੂੰ ਏਦਾਂ ਕਹਿ ਕੇ ਭੇਜਿਆ ਸੀ ਬੜੇ ਪਤੰਗ ਚੜ੍ਹ ਰਹੇ ਆ ਤੇਰੇ ਬੜੇ ਪਤੰਗ ਚੜ੍ਹ ਰਹੇ ਆ ਜਦੋਂ ਅਸੀਂ ਆਏ ਇੱਥੇ ਸਾਡੀ ਸਾਰੀ ਐਕਸਾਈਟਮੈਂਟ ਬਣ ਗਈ ਪੈਗ ਲੱਗੇ ਹੋਣੇ ਆ ਇੱਕ ਪਤੰਗ ਸੱਤਾ ਸੱਤਾ ਜਿੰਨਾ ਦਿਖ ਰਿਹਾ ਸੀ ਉਹ ਫਸ ਗਿਆ ਹਵਾ ਗਲਤ ਆ ਮੈਨੂੰ ਤਾਂ ਲੱਗਦਾ ਤੁਸੀਂ ਗਲਤ ਹੋ ਸਾਨੂੰ ਦੱਸਿਆ ਤੁਸੀਂ ਤਾਂ ਕਹਿੰਦੇ ਸੀਗੇ ਬਹੁਤ ਪਤੰਗ ਚੜ੍ਹਦੇ ਆ ਨਹੀਂ ਨਹੀਂ ਹਵਾ ਗਲਤ ਨਹੀਂ ਨਹੀਂ ਤੁਸੀਂ ਗਲਤ ਹੋ ਤੁਸੀਂ ਗਲਤ ਮੈਂ ਸਹੀ ਅਸੀਂ ਜਦੋਂ ਆਉਂਦੇ ਪਏ ਸੀ ਨਾ ਅਸੀਂ ਇੰਨੀ ਐਕਸਾਈਟਮੈਂਟ ਨਾਲ ਆ ਰਹੇ ਸੀਗੇ ਪਤੰਗ ਟੁੱਟ ਗਏ ਉੱਪਰ ਰਹਿ ਗਿਆ ਚਲੋ ਕੋਈ ਗੱਲ ਨਹੀਂ ਤੇ ਉਹਦੇ ਉੱਤੇ ਪਤੰਗ ਚੜ ਪਏ ਉਧਰ ਕਿੱਧਰ ਲੈ ਕੇ ਜਾਈਏ ਪਤੰਗ ਨੂੰ ਹਵਾ ਤਾਂ ਇੱਧਰ ਲਈ ਨਹੀਂ ਉਹ ਆਉਣਗੇ ਨਾ ਇੱਧਰ ਨੂੰ ਹਣਾ ਇੱਧਰ ਲਈ ਹਵਾ ਸੱਜ ਜਾਨ ਮਾਲ ਦਾ ਨੁਕਸਾਨ ਕਰੋ ਤੁਸੀਂ ਹੈ ਪਤੰਗ ਚੜਾਉਣ ਲਈ ਹੁਣ ਫਿਰ ਕੀ ਕਰੀਏ ਸਲੂਨ ਦਾ ਨੁਕਸਾਨ ਕਰੋ ਉਹ ਦੇਖੋ ਇਹਦਾ ਨਸੂਲ ਨਸੂਲ ਦਾ ਲੰਗੂਰ ਆ ਗਿਆ ਬਾਂਦਰ ਗਿਆ ਉਹ ਪਹਿਲਾਂ ਗਈ ਸੀ ਬੋਟ ਹੈ ਪਹਿਲਾਂ ਚੜਾਉਂਦੇ ਸੀ ਪਤੰਗਾਂ ਤੇ ਉਹ ਉਧਰ ਕਿੰਨੀ ਉੜਦੀ ਆ ਉਹਦੇ ਤੁਸੀਂ ਕੀ ਕੁਛ ਕਰੀ ਜਾਂਦੇ ਹੋ ਆਪਾਂ ਇੱਧਰ ਦੇਖ ਕੇ ਹੁੰਦੇ ਯਾਰ ਕੀ ਬਦਲ ਗਿਆ ਇੱਧਰ ਸਾਰਾ ਹੀ ਚੇਂਜ ਹੋ ਗਿਆ ਇੱਧਰ ਤਾਂ ਉੱਡ ਗਿਆ ਗਾਈਜ਼ ਫਾਈਨਲੀ ਪਤੰਗ ਇੱਥੇ ਕਿੱਧਰ ਗਈ ਆਹ ਦੇ ਉੱਡ ਰਹੇ ਉਹਨਾਂ ਨਾਲ ਪੇਚਾ ਲਾਉਂਦੇ ਹਾਂ ਆਪਾਂ ਸਟਾਰਟ ਪੇਚਾ ਪਾਤਾ ਹਾਂ ਦੇਖ ਉਹ ਰਿਹਾ ਇਹਨਾਂ ਦਾ ਪਤੰਗ ਦਾਦਾ ਫਿਰ ਖਿੱਚ ਲਾਦਾ ਦੇਖੀ ਜਾਊਗਾ ਲਾ ਦੇ ਚੱਕਦੇ ਇਹ ਛੱਡ ਨਾ ਸਰ ਤੇ ਮੇਰਾ ਆ ਗਈ ਗੱਲ ਛੜ ਗਈ ਖਿੱਚ ਮਾਰਦੀ ਦਿਖਾਉਂਦੇ ਆਪਣੇ ਉਧਰ ਜਿਹੜੀ ਜਵਾਕ ਨੀ ਪਿੱਛੇ ਤਲਾਵਾਂ ਫਸਾ ਕੇ ਬਾਹਾਂ ਦੇ ਵਿੱਚੋਂ ਪਿੱਛੇ ਲਮਕਾ ਲੈਂਦੇ ਜਿਵੇਂ ਤੀਰ ਕਮਾਨ ਤੀਰ ਕਮਾਨ ਹੁੰਦੇ ਜਿਵੇਂ ਜੜ ਗਿਆ
ਇਹਨੂੰ ਜਾ ਦੇ ਪਰ ਓ ਯਾਰ ਵਡਾਤਾ ਆ ਦੇਖ ਲੋ ਉਹਨੇ ਤੇ ਕੰਮ ਆਪਣਾ ਵੱਡਿਆ ਗਿਆ ਇੰਨੀ ਜਲਦੀ ਵੱਡਿਆ ਉੱਪਰ ਪਤੰਗ ਦੇ ਉੱਪਰ ਰੱਖਿਆ ਹੋਇਆ ਸੀਗਾ ਅਸ ਜਿਗਰਾ ਉਹ ਕਹਿੰਦੇ ਇਹਨੂੰ ਜਿਹੜੀ ਬਾਜ਼ਾਰ ਕੀ ਅੱਖ ਨਹੀਂ ਜੇ ਈ ਗੱਲ ਵਰਗੀਆਂ ਅੱਖਾਂ ਨੇ ਨਹੀਂ ਪਤਾ ਯਾਰ ਕਾਹਦੀ ਹੁੰਦਾ ਗੁੱਡਾ ਜਲਦੀ ਜਲਦੀ ਆ ਵੀ ਗਿਆ ਦੇਖ ਲੋ ਕਿੰਨੀ ਸਪੀਡ ਆ ਮੁੰਡੇ ਮੈਂ ਸੋਚਿਆ ਹੀ ਨਹੀਂ ਉਹ ਸਾਡੀ ਸਿਗਰਟ ਗੱਲਾਂ ਨੇ ਗੱਲਾਂ ਦਾ ਪਰਦਾ ਵੀ ਹੁੰਦਾ ਤੈਨੂੰ ਸਿਗਰਟ ਸੁਣਿਆ ਮੈਂ ਸਿਗਰਟ ਕਿਹਾ ਮੈਨੂੰ ਬੜਾ ਸਿਗਰਟ ਸਿਗਰਟ ਸੌਂਦਾ ਕੀ ਚੱਕਰ ਜੇਬਾ ਚੱਕਰ ਹੀ ਤੂੰ ਸਿਗਰਟ ਅਰਗਾ ਆੜੀ ਜ਼ਿਆਦਾ ਨੀ ਬੋਲਣਾ ਆਸਮਾਨ ਦੀ ਗੱਲ ਆਸਮਾਨ ਤੱਕ ਹੀ ਰਹੋ ਰਵੇ ਠੀਕ ਹੈ ਚਾਹੀਦੀ ਹੁੰਦੀ ਹੈ ਤੇ ਉੱਡਣ ਵਾਲੇ ਨੂੰ ਆਸਮਾਨ ਹੁਣ ਸਵਾਦ ਆਉਂਦਾ ਜਿੰਦਗੀ ਡਾਉਣ ਜਿਉਣ ਦਾ ਲਵੇਟ ਤੂੰ ਹਾਂ ਤੈਨੂੰ ਸਿਗਰਟ ਸੌਂਦਾ ਸੀ ਨਾ ਜ਼ਿਆਦਾ ਗੱਲ ਕਰ ਦੇਖਿਓ ਹੁਣ ਕੀ ਕਰਦਾ ਸ਼ਕਤੀਮਾਨ ਹੀ ਆ ਇੱਥੋਂ ਟੱਪ ਗਿਆ ਆ ਚੱਕ ਕਹਿੰਦੇ ਮੁੰਡਾ ਵੱਡਾ ਹੋ ਗਿਆ ਚੜ ਰਿਹਾ ਸੀ ਇੱਕ ਸਾਡਾ ਤੇ ਉਹਨਾਂ ਦਾ ਸਾਡੇ ਵਾਲਾ ਚੜ ਰਿਹਾ ਤੇ ਉਹਨਾਂ ਵਾਲਾ ਉਹਨਾਂ ਦਾ ਸੀ ਉਹਨਾਂ ਦਾ ਸੀ 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 ਦਾ ਮਤਲਬ ਜਾਣਦੇ ਹਾਂ ਕੀ ਕਰ ਲੈਣਾ ਬਾਏ ਇੱਧਰ ਦੇਖੋ ਵੱਡਾ ਹੈ ਨਾ ਉਹ ਬੱਲੇ ਦੇਖੋ ਤਾਨੀਆਂ ਮਾੜੀ ਮੋਟੀ ਗੱਲ ਨਹੀਂ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਸਥਾਨ ਹਾਸਲ ਕਰ ਰਿਹਾ ਮੁੰਡਾ ਠੀਕ ਆ ਤੇ ਗਾਇਸ ਹੁਣ ਆਪਾਂ ਘਰੇ ਆ ਚੁੱਕੇ ਆ ਕਿਵੇਂ ਲੱਗਿਆ ਵਲੌਗ ਜ਼ਰੂਰ ਦੱਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਸਾਡੇ ਵਲੌਗ ਹੋਰ ਦੇਖਣ ਲਈ ਮੈਂ ਮਿਲਦਾ ਨੈਕਸਟ ਵਲੌਗ ਵਿੱਚ ਟਿਲ ਦੈਨ ਪੀਸ ਆਊਟ